ਦੇਸ਼ ਤੇ ਦੁਨੀਆ ਦੇ ਵਿੱਚ ਲੋਕ ਫਤਿਹ ਵੀਰ ਦੀ ਸਲਾਮਤੀ ਦੀਆਂ ਦੁਆਵਾਂ ਕਰ ਰਹੇ, ਅਰਦਾਸਾਂ ਕਰ ਰਹੇ, ਔਰ ਲਗਾਤਾਰ ਪੂਰੀ ਦੁਨੀਆ ਲਾਈਵ ਆਪਣੇ ਘਰਾਂ ਦੇ ਵਿੱਚ ਬੈਠ ਕੇ ਦੇਖ ਰਹੀ ਹੈ ਕਿ ਜਦੋ ਜਹਿਦ ਹੋ ਰਹੀ ਹੈ NDRF ਡੇਰਾ ਸੱਚਾ ਸੌਦਾ ਦੇ ਜਿਹੜੇ ਵਿਅਕਤੀ ਨੇ, ਆਮ ਲੋਕ ਨੇ, ਜਿਹੜੇ ਸਿੱਖ ਜਥੇਬੰਦੀਆਂ ਸਾਰੇ ਲੱਗ ਕੇ ਇਹ ਅਰਦਾਸ ਕਰ ਰਹੇ ਹੈ, ਮਿਹਨਤ ਕਰ ਰਹੇ ਹੈ, ਪਰ ਦਿੱਕਤ ਕੀ ਹੈ, ਕਿੱਥੇ ਕਿਉਂ ਨਹੀਂ ਬਾਹਰ ਆ ਪਾ ਰਿਹਾ ਫਤਿਹ ਵੀਰ? ਇੱਕ ਸ਼ਖਸ ਨੇ ਬਿਲਕੁਲ ਅੰਦਰ ਉੱਥੇ ਨਾਲ ਸੀਗੇ, ਇਹਨਾਂ ਨੂੰ ਪੁੱਛਦੇ ਹਾਂ, ਥੋੜਾ ਸਮਝਾਓਗੇ ਕਿ ਕੀ ਦਿੱਕਤ ਕੀ ਹੈ? ਜਿਹੜੇ ਬੋਰ ਚ ਫਤਿਹ ਵੀਰ ਹੈ ਤੇ ਬਰਾਬਰ ਤੇ ਇੱਕ ਬੋਰ ਕੀਤਾ ਗਿਆ, ਕੱਢ ਕਿਉਂ ਨਹੀਂ ਪਾ ਰਹੇ? ਅਸੀਂ ਕੱਲ ਸ਼ਾਮ ਨੂੰ ਕਹਿਤਾ ਸੀ ਕਿ ਬਸ ਹੁਣ ਕੁਝ ਦੇਰ ਦੀ ਗੱਲ ਹੈ, ਪਰ ਪੂਰਾ ਇੱਕ ਦਿਨ ਹੋਰ ਲੰਘ ਗਿਆ ਸਰ ਜੀ। ਉਹਦੇ ਵਿਚਾਲੇ ਇੱਕ ਬੋਰ ਹੋਰ ਨਿਕਲਿਆ ਆ, ਉਹ ਬੋਰ ਦੇ ਕਾਰਨ ਦਿੱਕਤ ਪੈ ਰਹੀ ਹੈ ਜੀ। ਥੋੜਾ ਦਰਸ਼ਕਾਂ ਨੂੰ ਦੱਸੋ ਕਿ ਜਿਹੜੇ ਬੋਰ ਚ ਫਤਿਹ ਵੀਰ ਹੈ ਤੇ ਜਿਹੜਾ ਬਰਾਬਰ ਤੇ ਇੱਕ ਬੋਰ ਕੀਤਾ ਗਿਆ ਸੀ, ਉਹਦੇ ਵਿਚਾਲੇ ਉਹਦੇ ਇੱਕ ਹੋਰ ਬੋਰ ਨਿਕਲਿਆ? ਹਾਂਜੀ, ਉਹਦੇ ਇੱਕ ਬੋਰ ਹੋਰ ਨਿਕਲਿਆ ਜਿਹਦੇ ਵਿੱਚ ਆਪਣਾ ਬੱਚਾ ਜੀ ਫਤਿਹ ਵੀਰ ਸਿੰਘ, ਉਹਦੇ ਵਿੱਚ ਸਾਈਡ ਦੇ ਉੱਤੇ ਪੈਪ ਇੱਕ ਹੋਰ ਨਿਕਲਿਆ ਜੀ। ਹੁਣ ਉਹ ਪੈਪ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਇਹਨਾਂ ਨੇ ਕਰਨਾ ਕੀ ਹੈ, ਇਹ ਥੱਲੇ ਜਾ ਕੇ ਬਰਾਬਰ ਤੇ ਉਸ ਬੋਰ ਦੇ ਵਿੱਚੋਂ ਸ਼ਿਕੰਜਾ ਪਾ ਕੇ ਜੀ, ਮਤਲਬ ਕਿ ਸਰਾਹ ਕਰਨਾ ਪਊਗਾ, ਬਾਰੀ ਖੋਲਣੀ ਪਊਗੀ, ਉਹਦੇ ਵਿੱਚ ਬਾਰੀ ਟਾਕੀ ਮੰਨ ਲਓ ਜੀ, ਉਹਦੇ ਟਾਕੀ ਖੋਲ ਕੇ ਫਿਰ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕਰੀ ਜਾਊਗੀ। ਤੇ ਹੁਣ ਕੋਸ ਚੱਲ ਰਹੀ ਹੈ, ਪੂਰੀ ਫੁੱਲ ਜ਼ੋਰ ਨਾਲ ਕੰਮ ਕਰ ਰਹੇ ਆ ਜੀ। ਤੇ ਲੇਕਿਨ ਜਿਹੜਾ ਵਿਚਾਲੇ ਪੈਪ ਪੜ ਗਿਆ ਜੀ, ਉਹਦੀ ਵਜ੍ਹਾ ਨਾਲ ਹੀ ਟਾਈਮ ਲੱਗ ਰਿਹਾ। ਹੁਣ ਇਹ ਕੰਮ ਕੀ ਕਰ ਰਹੇ? ਉਸ ਪੈਪ ਦੇ ਵਿੱਚੋਂ ਸਰਾਖ ਨਹੀਂ ਹੋ ਸਕਦਾ ਜਿਹੜਾ ਵਿਚਾਲੇ ਖੋਰ ਆ ਗਿਆ? ਉਹਨੂੰ ਕੱਟ ਰਹੇ ਆ ਜੀ, ਪੈਪ ਨੂੰ ਕੱਟ ਕੇ, ਜਿਹੜਾ ਮੂਹਰੇ ਬੋਰ ਆ ਗਿਆ ਜੀ, ਅੰਤਹਾ ਨਹੀਂ ਦਿਖ ਰਿਹਾ, ਉਹਨੂੰ ਕੱਢ ਰਹੇ ਆ ਬਾਰੇ। ਮਤਲਬ ਤੀਜੀ ਪਾਈਪ ਦੇ ਵਿੱਚ ਫਤਿਹ ਵੀਰ ਹੈ, ਵਿਚਾਲੇ ਇੱਕ ਪਾਈਪ ਹੈ ਜਿਹਦੇ ਵਿੱਚੋਂ ਤੀਜਾ ਬੋਰ ਹੈ ਜਿਹੜਾ। ਇੱਕ ਸ਼ਖਸ ਉਹਨੇ ਦੱਸ ਰਹੇ ਸੀਗੇ ਭਾਈ ਸਾਹਿਬ ਕਿ ਜੇ ਪਹਿਲੇ ਦਿਨ ਜਿਸ ਤਰ੍ਹਾਂ ਜੱਗਾ ਦੱਸ ਰਿਹਾ ਸੀ, ਉਹ ਕੀ ਦੱਸ ਰਿਹਾ ਸੀਗਾ ਕਿ ਕਿਵੇਂ ਕੱਢਣਾ ਚਾਹੀਦਾ ਸੀ? ਉਹ ਤਾਂ ਚੱਕ ਲਾਉਣ ਨੂੰ ਕਹਿ ਰਹੇ ਸੀਗੇ ਜੀ, ਹਾਂ ਵੀ ਚੱਕ ਲਾ ਕੇ ਬੱਚੇ ਨੂੰ ਸੇਫਟੀ ਨਾਲ ਕੱਢ ਲਈਏ, ਬਾਹਰੋਂ ਬਜ਼ੁਰਗ ਹੋਰ ਵੀ ਕਹਿ ਰਹੇ ਸੀਗੇ। ਫਿਰ ਇਹ ਕਹਿੰਦੇ ਸਾਡੀਆਂ ਮਸ਼ੀਨਾਂ ਆਉਣਗੀਆਂ, ਮਸ਼ੀਨਾਂ ਦੇ ਕਾਰਨ ਕੱਢਿਆ ਜਾਊਗਾ। ਅੱਜ ਦੇਖ ਲਓ 5 ਦਿਨ ਹੋ ਗਏ ਅੱਜ ਮਸ਼ੀਨਾਂ ਮੰਗਵਾਈਆਂ ਨਹੀਂ ਇਹਨਾਂ ਨੇ। ਨਹੀਂ ਜੀ। ਇਹ ਫੈਸਲਾ ਕੌਣ ਕਰ ਰਿਹਾ? NDRF ਕਰ ਰਹੀ ਹੈ ਕਿਵੇਂ ਕੱਢਣਾ ਹੈ, ਇਹ ਫੈਸਲਾ ਕੌਣ, ਪ੍ਰਸ਼ਾਸਨ ਕਰ ਰਿਹਾ, DC ਦੱਸ ਰਹੇ, ਕੌਣ ਕਰ ਰਿਹਾ? ਪ੍ਰਸ਼ਾਸਨ ਕਰ ਰਿਹਾ ਜੀ। ਪਿੰਡ ਵਾਲਿਆਂ ਦੀ ਨਹੀਂ ਮੰਨੀ, ਪਿੰਡ ਵਾਲੇ ਕੀ ਕਹਿੰਦੇ ਸੀਗੇ ਕਿਵੇਂ, ਕਿਉਂਕਿ ਤੁਹਾਡੇ ਕੋਲੇ ਤਜਰਬਾ ਹੈ, ਤੁਸੀਂ ਬੋਰ ਕਰਦੇ ਹੋ, ਤੁਹਾਨੂੰ ਪਤਾ ਹੈ ਕਿਵੇਂ ਹੁੰਦੇ ਆ, ਤੁਹਾਡੇ ਪਿੰਡ ਵਾਲੇ ਕੀ ਕਹਿੰਦੇ ਸੀ? ਆਮ ਬੋਰ ਜਿਹੜੇ ਮੁੰਡੇ ਕਰਦੇ ਆ ਜੀ, ਉਹਨਾਂ ਨੂੰ ਤਾਂ ਲਵੇ ਨਹੀਂ ਜਾਣ ਦੇ ਰਹੇ ਜੀ। ਜਿਹੜੇ ਰੋਜ਼ ਬੋਰ ਕਰਦੇ ਉਹਨਾਂ ਨੂੰ ਨਹੀਂ ਲਵੇ ਜਾਣ ਦੇ, ਇਹ ਕਹਿੰਦੇ ਜੀ ਸਾਡਾ ਮਹਿਕਮਾ ਕੱਢੂਗਾ ਜੀ। ਜੱਗਾ ਬਿਮਾਰ ਹੋਣ ਤੋਂ ਪਹਿਲਾਂ ਕੀ ਕਹਿੰਦਾ ਸੀ, ਕਿੰਨੀ ਦੇਰ? ਉਹ ਕਹਿ ਰਿਹਾ ਸੀਗਾ ਜੀ ਮੈਂ ਕੱਢ ਦੂੰਗਾ ਜੀ, ਜੇ ਮੈਨੂੰ ਟਾਈਮ ਦੇ ਦੋ। ਫਿਰ ਜੱਗੇ ਨੂੰ ਕਿਉਂ ਨਹੀਂ ਕੱਢਣ ਦਿੱਤਾ? ਕੀ ਪਤਾ ਜੀ, ਹੁਣ ਇਹਨਾਂ ਨੂੰ ਪਤਾ ਜੀ, ਆਪਾਂ ਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਨਾ। ਹਾਂਜੀ, ਸਵਾਲ ਕਰ ਰਿਹਾ ਸੀ ਕੌਣ? ਜੱਗਾ ਜੀ, ਜੱਗੇ ਨੂੰ ਮਤਲਬ ਮਜਬੂਰ ਕੀਤਾ, ਇਹਨਾਂ ਨੇ ਜਵਾਬ ਦਿੱਤਾ ਜੀ, ਤੇ ਉਹਨਾਂ ਨੇ ਕਿਹਾ ਤੇ ਵੀ ਸਾਡੀ ਵਰਦੀ ਪਾ ਕੇ ਜਾਓ ਤੇ ਕੱਢੋ ਉਹਨੂੰ। ਕਿਹੜੀ? NDRF NDRF ਵਾਲੇ ਸਾਡੀ ਟੀ ਸ਼ਰਟ ਪਾ ਕੇ ਜਾਓ ਕਹਿੰਦੇ, ਫਿਰ ਕੱਢ ਦਿਓ। ਹਾਂਜੀ, ਫਿਰ ਕੱਢ ਦਿਓ ਜੀ। ਤੇ ਉਹ ਜੱਗਾ ਪਾ ਲੈਂਦਾ ਟੀ ਸ਼ਰਟ? ਕਹਿੰਦਾ ਮੈਂ ਟੀ ਸ਼ਰਟ ਨਹੀਂ ਪਾਉਂਦਾ ਹੈਗਾ, ਕਹਿੰਦਾ ਮੈਂ ਤਾਂ ਆਪਣੇ ਸਰਸਿਆਂ ਦੀ ਨਹੀਂ ਪਾਈ ਟੀ ਸ਼ਰਟ, ਕਹਿੰਦਾ ਮੈਂ ਤੁਹਾਡੀ ਕੀ ਬਣੀ ਹੈ ਕਹਿੰਦਾ ਜੀ। ਜੱਗੇ ਨੇ ਇਹ ਵੀ ਕਹਿ ਰਹੀ ਤੇ ਮੈਂ ਬਗੈਰ ਚੱਪਲਾਂ ਤੇ ਬਗੈਰ। ਦੱਸੋ, ਤੁਸੀਂ ਦੱਸੋ। ਅਸੀਂ ਰਾਮਪੁਰਾ ਫੂਲ ਤੋਂ ਆਏ ਹਾਂ ਜੀ, ਇਹ ਸਾਰਾ ਪ੍ਰੋਜੈਕਟ 12 ਘੰਟਿਆਂ ਦਾ ਨਹੀਂ ਸੀ, ਜੇ ਆਰਮੀ ਕਮਾਂਡੋ ਦਸਤਾ ਇੱਥੇ ਆਉਂਦਾ, ਮੇਰੇ ਕੈਂਟਰ ਆਰਮੀ ਦਾ ਬਠਿੰਡੇ, ਉੱਥੇ ਵਿੱਚ ਸੋਣੀ 'ਚ ਸਾਰੀ ਸੁਵਿਧਾ ਉਪਲਬਧ ਹੈ, ਅਤੇ ਇੱਦੋਂ ਫਿਰ ਲੋਕਾਂ ਨੂੰ ਦੇ ਦੇਣ, ਕਰਾਹ ਨਾ ਪੱਟ ਕੇ ਅਸੀਂ ਉਹਨੂੰ ਪਾਸੇ 'ਤੇ ਪਲੇਟਾਂ ਪਾ ਦਈਏ, ਪਲੇਟਾਂ ਪਾ ਕੇ ਮਿੱਟੀ ਰੋਕ ਦੇ, ਮਿੱਟੀ ਰੋਕ ਕੇ ਸਿੱਧੀ ਥੱਲੇ 2 ਕੋਪਲੈਂਡ ਤਾਰਨ, 2 ਕੋਪਲੈਂਡ ਤਾਰ ਕੇ ਗਾਂ ਟਰੈਕਟਰ ਖਿੱਚਣਗੇ, ਚਿਰੀ ਲੰਮੀ ਪੱਟਦੇ ਆ ਇੱਥੋਂ, ਇਹ ਛੱਡਣੇ ਕਿਉਂ ਨਹੀਂ ਛੱਡਦੇ, ਕਿਉਂ ਉਡਾਈ ਖੜੇ ਆ ਪ੍ਰਸ਼ਾਸਨ? ਅਸੀਂ ਕਿੱਡੀ ਦੂਰੋਂ ਆਏ ਹਾਂ, ਲੋਕ ਅੱਕੇ ਖੜੇ, ਇਹਨਾਂ ਨੂੰ ਚੁੰਬੜਨ ਨੂੰ ਤਿਆਰ ਹੈ? ਨਹੀਂ, ਆਪਾਂ ਸ਼ਾਂਤੀ ਬਣਾਈ ਰੱਖਣੀ ਹੈ, ਆਪਾਂ ਸ਼ਾਂਤੀ ਬਣਾਉਣੀ, ਆਪਾਂ ਸ਼ਾਂਤੀ ਨਾਲ ਕੰਮ ਕਰਨਾ। ਕੰਮ ਤਾਂ ਸ਼ਾਂਤੀ ਨਾਲ। ਦੱਸੋ ਕਿ ਜਿਵੇਂ ਤੁਸੀਂ ਦੱਸ ਰਹੇ ਹੋ,
ਤੁਸੀਂ ਇਹ ਤਕਨੀਕ ਉਹਨਾਂ ਨਾਲ ਸਾਂਝੀ ਕੀਤੀ ਜਾ ਕੇ? ਹਾਂਜੀ, ਸਾਡੇ ਨਾਲ ਗੱਲ ਹੀ ਨਹੀਂ ਕਰ ਰਹੇ, ਅਸੀਂ ਕਰੀ ਆ ਗਿੱਲ ਕੈਪਸੂਲ ਨਾਲ। ਗਿੱਲ ਕੈਪਸੂਲ ਤੁਸੀਂ ਜਾਣਦੇ ਹੋ, ਜਿਹਨਾਂ 64 ਬੰਦੇ ਕੱਢੇ ਸੀ ਉਹਨਾਂ ਨਾਲ ਕਰੀ ਆ। ਉਹਨਾਂ ਨੇ ਦੱਸਿਆ ਵੀ ਤਾਂ ਤਾਂ ਉਹਨਾਂ ਦੀ ਕਨਪਾਸ ਨਹੀਂ ਹੋ ਰਹੀ। ਕਨਪਾਸ ਦਾ ਮਤਲਬ ਜਦੋਂ ਬੰਦਾ ਥੱਲੇ ਉਤਰਦਾ ਉਹਨੂੰ ਨਹੀਂ ਪਤਾ ਲੱਗਦਾ ਆਟੋਮੈਟਿਕ ਵੀ ਮੈਂ ਕਿੱਧਰ ਪੱਟਣਾ ਕਿੱਥੇ ਪੱਟਣਾ। ਦੂਜਾ ਜਿਹੜਾ ਬੋਰ ਆ, ਜਿਹੜਾ ਇਹਨਾਂ ਦੀ ਬੋਰ ਵੈਲ ਚ ਬੱਚਾ ਡਿੱਗਿਆ। ਦਰਸ਼ਕਾਂ ਨੂੰ ਥੋੜਾ ਸਿੰਪਲ ਤਰੀਕੇ ਨਾਲ ਸਮਝਾਉਣਾ ਜੋ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਦੋਂ ਸ਼ਖਸ ਥੱਲੇ ਜਾ ਰਿਹਾ, ਥੱਲੇ ਜਾ ਕੇ ਜਿਸ ਜਗ੍ਹਾ ਦੇ ਉੱਤੇ ਫਤਿਹਵੀਰ ਹੈ ਉਹ ਕੰਪਸ ਨਹੀਂ ਹੈ, ਉਹ ਆਈਡੀਆ ਨਹੀਂ ਹੋ ਪਾ ਰਿਹਾ ਕਿ ਫਤਿਹਵੀਰ ਕਿੱਥੇ ਆ ਔਰ ਪੱਟਣਾ ਕਿੱਥੇ। ਇਹ ਕਹਿੰਦੇ ਜਿਹੜਾ ਬੋਰਵੈਲ ਹੈ, ਬੋਰਵੈਲ ਉੱਤੋਂ ਸਾਹਲ ਨਹੀਂ ਹੋਈ ਵੀ ਪਹਿਲਾਂ ਹੀ ਬੋਰਵੈਲ ਵਿੰਗਾ, ਇਹਨਾਂ ਨੂੰ ਧਿਆਨ ਨਹੀਂ ਰਿਹਾ। ਉਹ ਬੋਰ ਵਿੰਗਾ ਦੂਰ ਵੱਗ ਗਿਆ ਇਹਨਾਂ ਦੀ ਕਨਪਾਸ ਤੋਂ ਥੱਲਿਓ। ਇਹਨਾਂ ਨੇ ਤਾਂ ਆਈਡੀਆ ਸੀ ਵੀ 2 ਫੁੱਟ ਨਾਲ ਕੱਢ ਲਾਂਗੇ ਬੱਚਾ ਹੱਥ ਪਾ ਕੇ, ਉਹ ਨਹੀਂ ਆ ਰਿਹਾ। ਉਹ ਥੱਲੋ ਜ਼ਿਆਦਾ ਦੂਰ ਹੈ, ਦੂਰ ਗਿਆ ਵਾ ਬੋਰ, ਉੱਥੇ ਆ ਨਹੀਂ ਰਿਹਾ। ਇਹ ਕਿਉਂ ਹੁਣੇ ਮੰਨ ਨਹੀਂ ਰਹੇ? ਨਹੀਂ ਮੰਨ ਰਹੇ, ਪ੍ਰਸ਼ਾਸਨ ਨਹੀਂ ਮੰਨ ਰਿਹਾ। ਸਾਡਾ ਸਾਰਾ ਬਠਿੰਡੇ ਜ਼ਿਲ੍ਹੇ ਦੇ ਮੈਨੂੰ ਕਈ ਬੰਦੇ ਟੱਕਰੇ ਆ, ਸਹਿਣੇ ਬਗੈਰ ਦੇ ਜਾਂਦੇ ਅੱਕ ਕੇ ਗਏ ਆ। ਅਸੀਂ ਥੋੜੇ ਚੈਨਲ ਰਾਹੀਂ ਕਹਿੰਦੇ ਆ, ਜੋ ਕਿ ਚੈਨਲ ਇੱਥੇ ਪਹਿਲਾਂ ਦੱਸ ਰਹੇ ਆ, ਬੱਚਾ ਨਿਕਲ ਰਿਹਾ, ਬੱਚਾ ਆ ਗਿਆ, ਮਾਤਾ ਨੂੰ ਬਾਹਰ। ਸੱਚ ਸੱਚ ਦੱਸਣਾ ਅਸੀਂ, ਕੋਈ ਆਪਾਂ ਦਰਸ਼ਕਾਂ ਨੂੰ ਔਰ ਮਾਂ ਪਿਓ ਕਿਸੇ ਨੂੰ ਗੁੰਮਰਾਹ ਨਹੀਂ, ਆਪਾਂ ਸੱਚ ਦੱਸਣਾ। ਮੇਰੇ ਕੋਲੇ ਨੰਬਰ ਨੇ ਸਾਰੇ ਰਾਤ ਦੇ, ਡੀਸੀ ਸਾਹਿਬ ਦੇ, ਮੈਡਮ ਮਨਜੀਤ ਕੌਰ ਦੇ, ਮੈਂ ਸਾਰਿਆਂ ਨੂੰ ਕਾਲ ਕਰਕੇ ਦੱਸਿਆ ਵੀ ਅੱਜ ਰਾਤ ਰਾਤ ਤੁਸੀਂ ਐਕਸ਼ਨ ਕਰ ਲਓ, ਜੇ ਚੰਗਾ ਨਹੀਂ ਛੱਡ ਦਿਓ ਤੜਕੇ ਨੂੰ ਫੌਜ ਨੂੰ ਸੱਦ ਲਓ। ਫੌਜ ਦਾ ਕਿਹੜਾ ਅਧਿਕਾਰੀ ਨੂੰ ਪੁੱਛੋ ਜਾ ਕੇ ਡੀਸੀ ਨੂੰ ਵੀ ਪਬਲਿਕ ਦੀ ਰੈਲੀ ਹੈ। ਵਿਜੇਂਦਰ ਸਿੰਗਲਾ ਮੰਤਰੀ ਆਏ ਸੀ, ਉਹ ਸਵੇਰੇ ਕਹਿੰਦੇ ਕਿ ਉਹ ਕਹਿੰਦੇ ਕਿ ਫੌਜ ਨੂੰ ਅਸੀਂ ਕਿਹਾ ਸੀ, ਫੌਜ ਕਹਿੰਦੀ ਐਨਡੀਆਰਐਫ ਹੀ ਕੱਢੂਗੀ। ਅਸੀਂ ਐਨਡੀਆਰਐਫ ਨਹੀਂ ਕੱਢਦੀ, ਇਹਨਾਂ ਕੋਲੇ ਹੋਰ ਦਸਤੇ ਵੀ ਹੈਗੇ ਆ, ਹੋਰ ਜਦੋਂ ਚੰਨ ਤੇ ਲੋਕ ਪਹੁੰਚ ਸਕਦੇ ਆ, ਇਹ ਬੱਚਾ ਨਹੀਂ ਨਿਕਲ ਸਕਦਾ ਇੱਥੇ ਹੀ ਆ ਤਾਂ। ਬਿਲਕੁਲ, ਬਹੁਤ ਟੈਕਨੀਕਲ ਗੱਲ ਹੈ, ਹਾਲਾਂਕਿ ਸਾਡੇ ਪਿੰਡਾਂ ਵਾਲਿਆਂ ਨੂੰ ਪੇਂਡੂ ਕਹਿ ਦਿੰਦੇ ਹਾਂ, ਪਰ ਜੋ ਇਹਨਾਂ ਦਾ ਤਜਰਬਾ ਉਹ ਇਹਨਾਂ ਦਾ ਤਜਰਬਾ। ਹਾਲਾਂਕਿ ਤਕਨੀਕ ਬਹੁਤ ਜ਼ਰੂਰੀ ਹੈ, ਇਹ ਤਕਨੀਕ ਦੀ ਗੱਲ ਕਰ ਰਹੇ ਹੈ, ਇੱਥੇ ਤਕਨੀਕ ਤੋਂ ਇਲਾਵਾ ਗੱਲ ਨਹੀਂ ਕਰ ਰਹੇ ਕਿ ਪੈਰਲਲ ਜਦੋਂ ਇੱਕ ਬੋਰ ਬਣਾਇਆ ਗਿਆ ਤਾਂ ਉਸ ਬੋਰ ਦੀ ਥੱਲਿਓਂ ਜਿਹੜੀ ਚੌੜਾਈ ਸੀ ਉਹ ਫਤਿਹਵੀਰ ਤੋਂ ਦੂਰ ਹੁੰਦੀ ਗਈ ਹੈ, ਉਹਦੀ ਕੰਪਸ ਨਹੀਂ ਹੋ ਸਕੀ, ਜਿਸ ਤਰ੍ਹਾਂ ਇਹ ਕਹਿ ਰਹੇ ਨੇ। ਅਸੀਂ ਹਾਲਾਂਕਿ ਕੋਸ਼ਿਸ਼ ਕਰ ਰਹੇ ਕਿ ਸੱਚ ਤੁਹਾਡੇ ਸਾਹਮਣੇ ਆਵੇ, ਦੇਰੀ ਕਿਉਂ ਹੋ ਰਹੀ ਹੈ ਤਾਂ ਉਹ ਜਿੰਨਾ ਦੂਰ ਹੁੰਦਾ ਗਿਆ, ਇਹ ਦੋ ਫੁੱਟ ਦਾ ਇਹਨਾਂ ਦਾ ਆਈਡੀਆ ਸੀ ਕਿ 2 ਫੁੱਟ ਬਣ ਦਾ ਆਈਡੀਆ ਸੀਗਾ ਜੀ, ਪਰ ਉਹ ਵੱਧਦਾ ਗਿਆ ਵੱਧਦਾ ਗਿਆ। ਇਹਨਾਂ ਨੂੰ ਧਿਆਨ ਨਹੀਂ ਰਿਹਾ, ਦੱਸ ਨਹੀਂ ਰਹੇ, ਸੱਚ ਨਹੀਂ ਪਬਲਿਕ ਨੂੰ ਦੱਸ ਰਹੇ ਵੀ ਕੀ ਹਾਲਾਤ ਹੈ। ਜਾਂ ਤਾਂ ਸਾਨੂੰ ਕੋਈ ਬੰਦਾ ਅਸੀਂ ਤਾਰ ਕੇ ਉੱਤਰ ਕੇ ਦੇਖ ਆਈਏ, ਸਾਨੂੰ ਪਤਾ ਲੱਗ ਜਾਏ ਅਸੀਂ ਵੀ ਚੱਕਰ ਲਈ ਵੀ ਕੀ ਆ, ਜਾਂ ਇਹ ਉੱਤਰ ਪੈਣ ਜੋ ਮੁਲਾਜ਼ਮ ਹੈ, ਇਹ ਤਾਂ ਸਰ ਤਨਖਾਹ ਲਪਈ ਜਾਂਦੀ ਇਹਨਾਂ ਦੀ ਤਾਂ, ਇਹ ਤਾਂ ਜ਼ਿਮੀਂਦਾਰ ਆ ਸਾਰੇ, ਕੋਈ ਦਿਹਾੜੀ ਵਾਲਾ ਕੰਮ ਤਾਂ ਉਹਨਾਂ ਦਾ ਬਰਬਾਦ ਆ, ਬੱਚਾ ਉਹਨਾਂ ਦਾ ਮਰ ਰਿਹਾ, ਇਹ ਤਾਂ ਆਪਦੀ ਤਨਖਾਹ ਪੈਂਦੀ ਇਹਨਾਂ ਨੂੰ ਕੀ ਹੈ, ਪੱਖਿਆਂ ਥੱਲੇ ਮੋਜਨਾ ਮੋਬਾਈਲ ਲਾਇਆ ਬੈਠੇ ਰੋਟੀਆਂ ਖਾਈ ਜਾਂਦੇ। ਇਹ ਆਰਮੀ ਨੂੰ ਦੇਣ ਹੋਣੇ, ਇਹਨਾਂ ਨੂੰ ਕਹੋ ਜੀ ਆਰਮੀ ਸੱਦੋ। ਸਿਆਸਤ ਵੀ ਹੋ ਰਹੀ ਹੈ, ਸਿਆਸਤ ਹੋ ਰਹੀ ਹੈ ਇਸ ਬੱਚੇ ਤੇ, ਸਿਆਸਤ ਹੋ ਰਹੀ ਹੈ, ਇੱਥੇ ਰੋਟੀਆਂ ਵੀ ਸਿੱਕੀਆਂ ਜਾ ਰਹੀਆਂ, ਸਿਆਸਤ ਹੋ ਰਹੀ ਹੈ। ਪਰ ਮੰਤਰੀ ਦਾ ਆਪਦਾ ਬੱਚਾ ਹੁੰਦਾ, ਫੇਰ ਮੰਤਰੀਆਂ ਤੇ ਕੀ ਗੁਜ਼ਰਦੀ, ਘੰਟੇ ਚ ਕੱਢ ਕੇ ਮਾਰ ਦੇ, ਮੰਤਰੀ ਦਾ ਆਪਦਾ ਬੱਚਾ ਹੁੰਦਾ, ਜਿਹੜਾ ਬੱਚਾ ਬਾਹਰ ਹੁੰਦਾ ਜੇ ਮੰਤਰੀਆਂ ਦਾ ਆਪਦਾ ਪੁੱਤ ਹੁੰਦਾ, ਪੱਟ ਕੇ ਡੂੰਗਾ ਲੈ ਕੇ ਪੱਟ ਗਿਆ। ਅਸਲ ਚ ਮੇਨ ਕਾਰਨ ਇਹ ਯਾਰ, ਇਹ ਡੂੰਗਾ ਲੈ ਕੇ ਪੱਟ ਕੇ ਉਸੇ ਹੀ ਨਹੀਂ ਪੈਪ ਤਾਂ ਇਸੇ ਲਗੇ ਲਿਆ ਨਹੀਂ ਖੜਨੇ, ਉਥੇ ਬੱਚੀ ਨੇਗਾ, ਗੈਪ ਵਾਲਾ ਪਾਰਕ ਹੈ, ਬੱਚੀ ਨੇਗਾ, ਬੱਚਾ ਉੱਪਰ ਪੜੋਲੀ ਭੰਨਣਗੇ ਉੱਪਰੋਂ, ਇਹ ਪੜੋਲੀਆਂ ਉੱਪਰ ਤਿੰਨ ਤੜੀਆਂ ਪਈਆਂ ਨਾ, ਜਿਹੜੇ ਉੱਪਰ ਦੇ ਪੜੋਲੀਆਂ ਨੇ ਹੁਣ ਡਰਦੇ ਵੜਦੇ ਇਹਨਾਂ ਨੂੰ, ਇਹ ਕੱਢ ਨਹੀਂ ਸਕਦੇ ਬੱਚਾ ਯਾਰ, ਤੈਨੂੰ ਦੱਸਦੀ ਗੱਲ ਮੈਂ, ਇਹ ਆਰਮੀ ਵਾਲਾ ਬੱਚਾ ਨਹੀਂ ਕੱਢ ਸਕਦੇ, ਜ਼ੋਰ ਲਾਲ ਨਾ ਬੱਚੇ ਨੂੰ, ਅਸੀਂ ਹੁਣ ਕਹਿੰਦੇ ਆ ਜੇ ਬੱਚਾ ਕੱਢ ਕੇ ਸਾਨੂੰ ਫੇਰ ਫੜਦੇ, ਫੌਜ ਬਣਾ ਕੋਈ ਨਹੀਂ ਬਾਈ, ਜਿਹੜਾ ਬੰਦਾ ਨੀਚੇ ਉਤਰਦਾ ਫੌਜ ਤਾਂ ਲਿਆਉਣੀ ਪਊਗੀ ਇੱਕ ਵਾਰੀ, ਬਾਈ ਨੀਚੇ ਉਤਰਦਾ ਬੰਦਾ, ਇਹ ਬੰਦਾ ਨੀਚੇ ਉਤਰਦਾ ਉਹ ਬੰਦਾ ਕੱਢ ਨਹੀਂ ਸਕਦੇ ਯਾਰ, ਉਹ ਜਾ ਕੇ ਮੁੜਿਆ ਉਹਨੇ ਜੀ, ਅਨਮੋਲ ਤੋਂ ਕਹਿੰਦੇ ਸੀ ਵੀ ਟੱਕ ਵਾਲੀ ਖੂਹੀ ਨਾਲ ਪੜ ਦਿੰਦੇ ਆ, ਉਹ ਕਹਿੰਦੇ ਵੀ ਅਸੀਂ ਟੱਕ ਵਾਲੀ ਖੂਹੀ ਪੱਟ ਦਿੰਦੇ ਆ ਵੀ ਉਹਦੇ ਨਾਲ ਅਸੀਂ ਬੱਚਾ ਕੱਢਦਾਂਗੇ 8 ਘੰਟਿਆਂ ਵਿੱਚ, ਉੱਥੇ ਵੀ ਇਹ ਪ੍ਰਦੂਸ਼ਣ ਵਾਲੇ ਨਹੀਂ ਮੰਨੇ, ਉਹਦੇ ਢਿੱਗ ਡਿੱਗ ਪੈਂਦੀ ਆ, ਮਿੱਟੀ ਡਿੱਗ ਪੂਗੀ ਉਹਦੇ ਨਾਲ, ਟੱਕ ਵਾਲੀ ਖੂਹੀ ਆ ਨਾ, ਤੈਨੂੰ ਮੈਂ ਸਮਝਾਉਣਾ ਬਾਈ, ਜਿਹੜਾ ਆਪਾਂ ਖੇਤ ਬੋਰ ਲਾਉਣੇ ਆ ਅੱਟ ਲੱਗੀ ਆ, ਉਹਦੇ ਪਾਂਡੂ ਦੀ ਤੜ ਆਉਂਦੀ ਹੈ, ਪਾਂਡੂ ਇਹ ਚ ਪਾਂਡੂ ਦੀ ਤੜ ਹੈ ਨਹੀਂ ਜੀ ਧਰਤੀ 'ਚ, ਉਰੇ ਬਸ ਉਰੇ ਪਾਂਡੂ ਦੀ ਤੜ ਦੀ ਬਰੇਤੀ ਹੈ, ਬਰੇਤੀ ਨੇ ਡਿੱਗਦੀ ਅਸਲ ਕੱਢਦੇ ਨੇ, ਮੇਨ ਕਾਰਨ ਇਹ ਹੈ ਬਰੇਤੀ ਆ ਉਰੇ।
ਅੱਤੜ ਨਹੀਂ ਹੈਗੀ, ਜਿਹੜਾ ਉੱਪਰੋਂ ਤੈਅ ਪੱਟ ਲਈ ਜੇ ਆਪਾਂ ਪੱਟਦੇ ਹਾਂ, ਜਿਹੜੇ ਉੱਪਰੋਂ ਕਰਾਹਾ ਨਾ ਪੱਟਤਾ ਉਹ ਵੀ ਕਾਰਨ ਆ, ਉੱਪਰੋਂ ਜੱਕ ਵੱਜਣਾ ਮਿੱਟੀ ਦਾ ਜੋ ਆਪਾਂ ਉੱਪਰੋਂ ਤੋਰ ਦਿਆਂਗੇ, ਇਹ ਹੁਣ ਥੱਲੋਂ ਤੋਰਨੇ ਪੈਗੇ 20 ਫੁੱਟ ਤੋਂ ਇਹਨਾਂ ਨੂੰ, ਉਹ ਨਿਕਲਣ ਦਾ ਕਾਰਨ ਮੁਸ਼ਕਿਲ ਇਹ ਵੀ ਬਹੁਤ ਵੱਡੀ ਇਹਨਾਂ ਨੂੰ। ਬੜੇ ਵੱਡੇ ਸਵਾਲ ਨੇ ਇਹ ਲੋਕ, ਹਾਲਾਂਕਿ ਦੇਖੋ ਵੱਡਾ ਸਵਾਲ ਹੈ, ਪ੍ਰਸ਼ਾਸਨ ਨੇ ਆਪਣੇ ਹਿਸਾਬ ਤੇ ਚੱਲਣਾ, NDRF ਨੇ ਆਪਣੇ ਹਿਸਾਬ ਤੇ ਚੱਲਣਾ, ਤਕਨੀਕ ਦੀ ਉਹ ਗੱਲ ਕਰ ਰਿਹਾ, ਪਰ ਜੋ ਇਹ ਲੋਕ ਕਹਿ ਰਹੇ ਆ ਸਥਾਨਕ, ਕਿਉਂਕਿ ਦਿਲ ਦੀ ਪੀੜ ਹੈ ਇਹ, ਚਾਹੇ ਬੜੀ ਦੂਰੋਂ ਦੂਰੋਂ ਲੋਕ ਆਏ ਨੇ ਇੱਥੇ, ਉਸ ਬੱਚੇ ਦੀ ਸਿਹਤਯਾਬੀ ਦੀ, ਉਸ ਬੱਚੇ ਦੀ ਅਰਦਾਸਾਂ ਇਹਨਾਂ ਦੇ ਦਿਲ 'ਚ ਨੇ, ਸਾਰਿਆਂ ਦੇ ਅੰਦਰ ਇੱਕ ਦਰਦ ਹੈ ਕਿ ਬੱਚਾ ਜਲਦੀ ਬਾਹਰ ਆਵੇ, ਔਰ ਇਹ ਜੋ ਕਹਿ ਰਹੇ ਨੇ ਵੀ ਸਾਨੂੰ ਸੁਣਨਾ ਪਊਗਾ। ਕੈਮਰਾ ਪਰਸਨ ਜਗਰੂਪ ਸਿੰਘ ਤੇ ਦੇਸਰਾਜ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਭਗਵਾਨਪੁਰਾ, ਸੁਨਾਮ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।